ਅੱਜ ਅਸੀਂ ਦੇਵੀਦਾਸਪੁਰਾ ਤੇ ਪੀਸੀ ਕਰ ਰਹੇ ਹਾਂ ਰੇਲ ਟਰੈਕ ਦੇ ਉੱਤੇ, ਔਰ ਹੁਣ ਕੁਛ ਦੇਰ ਬਾਅਦ ਅਸੀਂ ਰੇਲ ਟਰੈਕ ਤੇ ਚੜ ਜਾਵਾਂਗੇ। ਸਾਡਾ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਆ, ਔਰ ਇਹ ਰੇਲ ਰੋਕੋ ਅੰਦੋਲਨ ਜਿਹੜਾ ਵਾ, ਇੱਕ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਵਾਸਤੇ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ, ਜਿਵੇਂ ਗੱਡੀਆਂ ਚੜਾ ਕੇ ਚਾਰ ਕਿਸਾਨ ਸ਼ਹੀਦ ਕੀਤੇ ਗਏ, ਇੱਕ ਪੱਤਰਕਾਰ ਜਿਹੜਾ ਵਾ ਉਹ ਸ਼ਹੀਦ ਕੀਤਾ ਗਿਆ, ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਦਿੱਤਾ ਗਿਆ। ਦੋਸ਼ੀਆਂ ਨੂੰ ਜ਼ਮਾਨਤਾਂ ਦੇ ਦਿੱਤੀਆਂ ਗਈਆਂ, ਔਰ ਉਹ ਦੋਸ਼ੀ ਜਿਹੜੇ ਅਜੇ ਮਿਸ਼ਰੇ ਟਹਿਣੀ ਦਾ ਮੁੰਡਾ ਬਾਹਰ ਆ, ਉਹਨਾਂ ਦਾ ਭਰਾ ਬਾਹਰ ਆ, ਅਤੇ ਬਾਕੀ ਦੋਸ਼ੀਆਂ ਨੂੰ ਵੀ ਜ਼ਮਾਨਤਾਂ ਦਿੱਤੀਆਂ ਜਾਣ ਦੀ ਤਿਆਰੀ ਕੀਤੀ ਜਾ ਰਹੀ ਆ। ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ, ਜਿਹਦੇ ਵਿੱਚ ਬਾਰਡਰਾਂ 'ਤੇ ਸਾਨੂੰ ਰੋਕਿਆ ਗਿਆ, ਦਿੱਲੀ ਨਹੀਂ ਜਾਣ ਦਿੱਤਾ ਗਿਆ, ਸਾਡੇ 433 ਕਿਸਾਨ ਜ਼ਖਮੀ ਹੋਏ ਅਤੇ 70,000 ਅਰਧ ਸੈਨਿਕ ਫੋਰਸ ਲਾ ਦਿੱਤੀ ਗਈ ਹਰਿਆਣੇ ਦੇ ਵਿੱਚ। ਇਹਦੋਂ ਗਾਹਾਂ ਜਿਹੜੀਆਂ ਸਾਡੀਆਂ ਮੰਗਾਂ ਸੀ, MSP ਲੀਗਲ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ, ਨਰੇਗਾ, ਫਸਲੀ ਬੀਮਾ ਯੋਜਨਾ ਆਦਿ ਆਦਿ ਮੰਗਾਂ ਮੰਗੀਆਂ ਨਹੀਂ ਗਈਆਂ। ਇਹ ਉਹ ਮੰਗਾਂ ਨੇ 2014 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਕੰਜ਼ੂਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ, ਉਹਨਾਂ ਦਾ ਆਪਦਾ ਬਿਆਨ ਆ ਵੀ ਕਿਸਾਨਾਂ ਨੂੰ MSP ਲੀਗਲ ਗਰੰਟੀ ਕਾਨੂੰਨ ਦਿੱਤਿਆਂ ਤੋਂ ਬਗੈਰ ਕੰਮ ਨਹੀਂ ਚੱਲਣਾ। C250 ਵਾਲੀ ਗੱਲ ਵੀ ਉਹਨਾਂ ਨੇ ਚੋਣ ਮੈਨੀਫੈਸਟੋ 'ਚ ਕਹੀ, ਬੇਸ਼ੱਕ ਸੁਪਰੀਮ ਕੋਰਟ 'ਚ ਜਾ ਕੇ ਮੁੱਕਰ ਗਏ ਹੈਗੇ ਨੇ, ਔਰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਵੀ ਉਹਨਾਂ ਨੇ ਕਹੀ। ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਨੇ, ਔਰ ਇਹਦੇ ਨਾਲ ਦੀ ਨਾਲ ਨਾਲ ਅੱਜ ਅਸੀਂ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਰੁਕੀ ਹੋਈ ਆ, ਉਹਦੇ ਵਿੱਚ ਆੜ੍ਹਤੀਏ ਹੜਤਾਲ 'ਤੇ ਨੇ, ਜਿਹੜੀ ਮੰਡੀ ਦੀ ਲੇਬਰ ਆ ਉਹ ਹੜਤਾਲ 'ਤੇ ਆ, ਔਰ ਨਾਲ ਦੀ ਨਾਲ ਮਿਲਰ ਹੜਤਾਲ 'ਤੇ ਗਏ ਹੋਏ ਨੇ। ਤੋ ਅਸੀਂ ਪੰਜਾਬ ਅਤੇ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ, ਕੇਂਦਰ ਗਿਣ ਮਿਥ ਕੇ ਪੰਜਾਬੀਆਂ ਨਾਲ ਧੱਕਾ ਕਰਦਾ, ਸਾਨੂੰ ਰੋਲਣਾ ਚਾਹੁੰਦਾ, ਪੰਜਾਬ ਸਰਕਾਰ ਵੀ ਨਾਲ ਆ। ਜੇਕਰ ਇਹ ਮਸਲਿਆਂ ਦੇ ਹੱਲ ਨਾ ਹੋਇਆ, ਜੇਕਰ ਖਰੀਦ ਨਾ ਸ਼ੁਰੂ ਕਰਾਈ ਗਈ, ਤਾਂ ਮਜ਼ਦੂਰ ਆੜ੍ਹਤੀਏ ਦੇ ਕਿਸਾਨ ਰਲ ਕੇ ਵੱਡਾ ਅੰਦੋਲਨ ਕਰਨਗੇ। ਇਹ ਤੁਰੰਤ ਜਿਹੜੀ ਖਰੀਦ ਆ ਉਹ ਚਾਲੂ ਕੀਤੀ ਜਾਵੇ। ਇਹਦੇ ਨਾਲ ਦੀ ਨਾਲ DAP ਦਾ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ, ਇਹ ਕੇਂਦਰ ਦਾ ਪੈਦਾ ਕੀਤਾ ਹੋਇਆ ਵਾ, ਇਸ ਮਸਲੇ ਦਾ ਹੱਲ ਕੀਤਾ ਜਾਵੇ। ਪਰਾਲੀ ਵਾਲੇ ਮਸਲੇ 'ਤੇ ਅਸੀਂ ਮੀਡੀਆ 'ਚ ਫਿਰ ਅਪੀਲ ਕਰਦੇ ਹਾਂ ਵੀ ਸਾਨੂੰ ਬੇਲੋੜਾ ਖਲਨਾਇਕ ਬਣਾਇਆ ਜਾ ਰਿਹਾ। ਅੱਜ ਵੀ ਵਿਗਿਆਨਕ ਢੰਗ ਨਾਲ 2% ਸਾਡਾ ਪ੍ਰਦੂਸ਼ਣ ਹੈਗਾ ਵਾ, ਉਹਦੇ ਵਿੱਚੋਂ ਵੀ ਗ੍ਰੀਨ ਟ੍ਰਿਬਿਊਨਲ ਦੇ ਇੱਕ ਜੱਜ ਨੇ ਕਹਿ ਦਿੱਤਾ ਵੀ ਸਾਡਾ ਧੂੰਆਂ ਤਾਂ ਦਿੱਲੀ ਜਾਂਦਾ ਹੀ ਨਹੀਂ ਹੈਗਾ, ਔਰ 2% ਵਾਲਿਆਂ ਦੀਆਂ TV ਚੈਨਲਾਂ 'ਤੇ ਡਿਬੇਟਾਂ ਚੱਲ ਰਹੀਆਂ ਨੇ, ਉਹਦੇ ਬਾਰੇ ਬਹੁਤ ਜ਼ੋਰ ਲਾਇਆ ਜਾ ਰਿਹਾ, ਦਿੱਲੀ ਦੇ ਅਫਸਰ ਨਿਗਾਹ ਰੱਖ ਰਹੇ ਆ ਵੀ ਕੀ ਬਣ ਰਿਹਾ, ਅਤੇ 98% ਜਿਹੜਾ ਪ੍ਰਦੂਸ਼ਣ ਆ ਉੱਤੇ ਕੁਛ ਵੀ ਬੋਲਿਆ ਨਹੀਂ ਜਾ ਰਿਹਾ। 51% ਇੰਡਸਟਰੀ ਪ੍ਰਦੂਸ਼ਣ ਕਰਦੀ ਆ, 25% ਆਵਾਜਾਈ ਦੇ ਸਾਧਨ ਪ੍ਰਦੂਸ਼ਣ ਕਰਦੇ ਆ, ਪਰ ਡਿਬੇਟ ਇਕੱਲੀ 2% ਵਾਲਿਆਂ 'ਤੇ ਹੋ ਰਹੀ ਆ। ਇਹ ਤੋਂ ਕਹਾਂ ਸਾਨੂੰ ਲੱਗਦਾ ਵੀ ਇਹ ਪ੍ਰਦੂਸ਼ਣ ਦਾ ਮੁੱਦਾ ਘੱਟ ਅਤੇ ਦਿੱਲੀ ਅਤੇ ਪੰਜਾਬ ਦੀ, ਜਿਵੇਂ ਅਸੀਂ ਪੰਜਾਬ ਵਾਲੇ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਹਾਂ, ਕੇਂਦਰ ਸਾਨੂੰ ਬਦਲੇ ਦੀ ਭਾਵਨਾ ਨਾਲ ਬਦਨਾਮ ਕਰਨਾ ਚਾਹੁੰਦਾ, ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ, ਤਾਂ ਪਰਾਲੀ ਵਾਲਾ ਇਸ਼ੂ ਚੁੱਕਿਆ ਜਾ ਰਿਹਾ। ਇਹਦੇ ਨਾਲ ਦੀ ਨਾਲ ਕੰਗਣਾ ਜੀ ਦਾ ਬਿਆਨ ਫਿਰ ਆ ਗਿਆ, ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ 'ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ, ਪੰਜਾਬ ਦੇ ਨੌਜਵਾਨ ਜਿਹੜੇ ਹੁੜਕੰਪ ਮਚਾਉਂਦੇ ਨੇ, ਤੋ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਹਾਂ। ਅਰੇ ਪਹਿਲੀ ਵਾਰ ਨਹੀਂ, ਅਸੀਂ ਸਪਸ਼ਟ ਕਹਿੰਦੇ ਹਾਂ ਭਾਜਪਾ ਅਤੇ RSS ਗਿਣ ਮਿਥ ਕੇ ਬਿਆਨ ਦਿੰਦੀ ਆ। ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ,
ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ, ਉਦੋਂ ਬਾਅਦ ਰਵਨੀਤ ਬਿੱਟੂ ਜੀ ਦਾ ਬਿਆਨ ਆਇਆ, ਫਿਰ ਕੰਗਣਾ ਜੀ ਦੀ ਬਿਆਨਬਾਜ਼ੀ। ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ, ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ। ਅਤੇ ਅਸੀਂ ਸਪਸ਼ਟ ਮੰਗ ਕਰਦੇ ਹਾਂ ਵੀ ਕੰਗਣਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ, ਇਹਦੇ 'ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ, ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਔਰ ਅੱਜ ਅਸੀਂ ਕਹਿੰਦੇ ਬਿੱਟੂ ਜੀ ਰੇਲਾਂ 'ਤੇ ਆ ਕੇ ਦੇਖ ਲਿਓ, ਤੁਸੀਂ ਕਹਿੰਦੇ ਹੋ ਕਿਸਾਨ ਰੁੱਝੇ ਹੋਏ ਆ, ਤੁਹਾਨੂੰ ਪਤਾ ਲੱਗ ਜੂ ਵੀ ਕਿੰਨੇ ਕਿਸਾਨ ਰੁੱਝੇ ਆ। ਹਰਿਆਣੇ ਦੇ ਵਿੱਚ ਇਲੈਕਸ਼ਨਾਂ ਨੇ, ਹਰਿਆਣੇ ਦੇ ਅਸੀਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਜਦੋਂ ਵੀ ਵੋਟਾਂ ਪਾਉਣ ਜਾਓ ਤਾਂ ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾਇਓ, ਯਾਦ ਰੱਖਿਓ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕੀਤਾ, ਕਿਹਨਾਂ ਨੇ ਕੀਤਾ, ਉਹਨਾਂ ਦੇ ਮਾਂ ਪਿਓ ਦੇ ਬੋਲ ਯਾਦ ਰੱਖਿਓ, ਜਿਹੜੇ ਕਹਿੰਦੇ ਸੀ ਵੀ ਗੁਰੂ ਸਾਹਿਬ ਨੇ ਚਾਰ ਵਾਰੇ ਅਸੀਂ ਕਿਸਾਨੀ ਵਾਸਤੇ ਇੱਕ ਵਾਰਤਾ 'ਤੇ ਕੀ ਹੋ ਗਿਆ। ਅਰ ਇਹ ਤੋਂ ਕਹਾਂ ਕਿੰਨਾ ਨੇ ਸਾਨੂੰ ਬਾਰਡਰ 'ਤੇ ਬਣਾਇਆ, ਪੰਜਾਬ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ, ਕਿੰਨਾ ਨੇ ਡਰੋਨ ਰਾਹੀਂ ਸਾਡੇ 'ਤੇ ਹੰਝੂ ਗਾਂਤ ਵਰਸਾਏ, ਕਿੰਨਾ ਨੇ ਸਾਡਾ ਨੁਕਸਾਨ ਕੀਤਾ। ਔਰ ਜੇ ਕਿਸਾਨਾਂ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਵੀ MSP ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ, ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ, ਇਹਨਾਂ ਮੁੱਦਿਆਂ ਨੂੰ ਰੱਖ ਕੇ ਸਾਡੇ ਕਿਸਾਨ ਵੋਟ ਕਰਨਗੇ ਤਾਂ ਸ਼ਾਇਦ ਸਹੀ ਵੋਟਿੰਗ ਹੋ ਜਾਵੇ। ਧੰਨਵਾਦ। ਹਾਂ ਦੇਖੋ, ਜਦੋਂ ਵੀ ਕੋਈ ਵੀ ਪਾਰਟੀਆਂ ਜਦੋਂ ਵਿਰੋਧੀ ਧਿਰ 'ਚ ਹੁੰਦੀਆਂ ਨੇ ਉਦੋਂ ਕਿਸਾਨ ਤਾਂ ਬਹੁਤ ਚੰਗੇ ਲੱਗਦੇ ਨੇ, ਇਕੱਲੇ ਸਾਡੇ ਮੁੱਦੇ ਇਹੀ ਨਹੀਂ ਚੁੱਕੇ ਜਾਂਦੇ, ਮੁੱਦਿਆਂ ਨੂੰ ਚੋਣ ਮੈਨੀਫੈਸਟੋ 'ਚ ਇਹੀ ਨਹੀਂ ਪਾਇਆ ਜਾਂਦਾ, ਸਾਡੇ ਧਰਨਿਆਂ ਵਿੱਚ ਸ਼ਮੂਲੀਅਤ ਕਰਦੇ ਆ ਲੀਡਰ, ਔਰ ਲਗਾਤਾਰ ਸਾਡੀ ਸਿਫਤ ਕਰਦੇ ਆ ਵੀ ਤੁਸੀਂ ਦੇਸ਼ ਵਾਸਤੇ ਲੜ ਰਹੇ ਹੋ, ਤੁਸੀਂ ਕੰਮ ਕਰ ਰਹੇ ਹੋ। ਜਦੋਂ ਉਹਨਾਂ ਦੀਆਂ ਪਾਰਟੀਆਂ ਨੂੰ ਸੱਤਾ ਨਸੀਬ ਹੋ ਜਾਂਦੀ ਆ ਫਿਰ ਆ ਕੇ ਇਹ ਗੱਲਾਂ ਕਹੀਆਂ ਜਾਂਦੀਆਂ ਵਾ ਵੀ ਅਸੀਂ ਤਾਂ ਆਹ ਕਰ ਨਹੀਂ ਸਕਦੇ, ਆਹ ਸੰਭਵ ਨਹੀਂ ਹੈਗਾ, ਮੁੱਕਰਿਆ ਜਾਂਦਾ ਵਾ। ਸੋ ਸਾਨੂੰ ਜਿੱਥੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਬਣਦੇ ਆ ਜਾਂ ਲੀਡਰ ਬੋਲਦੇ ਆ, ਉਹਨਾਂ ਨੂੰ ਇੰਪਲੀਮੈਂਟ ਕਰਾਉਣ ਤੱਕ ਲੜਨਾ ਪਊਗਾ। ਜਿਵੇਂ ਆਮ ਆਮ ਆਦਮੀ ਪਾਰਟੀ ਸੀਗੀ ਜਿਹੜੀ ਬੀਬੀ ਚੁਟਕੀਆਂ 'ਚ ਦਿੰਦੀ ਸੀਗੀ ਸਾਨੂੰ MSP, ਅਤੇ ਇੱਥੋਂ ਤੱਕ ਉਹਦੇ ਬਾਈਟਾਂ ਹੈਗੀਆਂ ਨੇ ਵੀ ਮੇਰਾ ਸਿਰ ਕਤਲ ਕਰ ਦਿਓ, ਆ ਸਿਰ ਲਵਾ ਦਿਆਂਗੇ, ਸ਼ਾਮਾਂ ਨੂੰ ਕਹਿੰਦੇ MSP ਦੇ ਦਿਆਂਗੇ। ਤਾਂ ਉਹ ਗੱਲਾਂ ਜਿਹੜੀਆਂ ਨੇ ਨਾ, ਉਹ ਗੱਲਾਂ ਕਰਨ ਨੂੰ ਕੁਝ ਹੋਰ ਹੁੰਦੀਆਂ, ਕਰਨ ਨੂੰ ਕੁਝ ਹੋਰ ਹੁੰਦੀਆਂ, ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹ ਸੱਚ ਬੋਲ ਰਹੇ ਆ। ਹਮ ਤੋ ਕਹਿ ਰਹੇ ਹੈ, ਦੇਖੀਏ ਅਬ ਉਹਨੇ ਪੰਜਾਬ ਕੇ ਯੁਵਾਓਂ ਕੇ ਉੱਪਰ ਇਲਜ਼ਾਮ ਲਗਾਇਆ, ਹਮ ਕਹਿਤੇ ਡੋਪ ਟੈਸਟ ਹੋ ਜਾਏ, ਸੱਚ ਸਾਹਿਬ ਕੇ ਸਾਹਮਣੇ ਆ ਜਾਏ ਵੀ ਕਿਆ ਸੱਚ ਹੈ ਕਿਆ ਝੂਠ ਹੈ, ਤੁਮ ਇਸ ਲਈ ਬੋਲਾ ਨਹੀਂ। ਡੋਪ ਟੈਸਟ ਆਪ ਵੀ ਜਾਣਤੇ ਕਿਸ ਚੀਜ਼ ਕਾ ਹੋਤਾ ਹੈ, ਹਮ ਤੋ ਚਾਹਤੇ ਹੈ ਦੇਸ਼ ਕੀ ਨਈ ਚੁਣੀ ਹੋਈ MP ਹੈ, ਸੈਲੀਬ੍ਰਿਟੀ ਹੈ, ਉਨਕਾ ਡੋਪ ਟੈਸਟ ਤੋ ਹੋਣਾ ਹੀ ਚਾਹੀਏ। ਸਪਸ਼ਟ ਆ ਵੀ ਸੰਬੋਲਕ ਇਹ 2 ਘੰਟੇ ਦਾ ਰੇਲ ਰੋਕੋ ਵਾ, ਕੋਈ ਬਹੁਤਾ ਲੰਮਾ ਨਹੀਂ ਹੈਗਾ, ਬਹੁਤ ਸਾਰੇ ਟਰੈਕਾਂ 'ਤੇ ਰੇਲਾਂ ਨੇ ਆਉਣਾ ਨਹੀਂ ਹੈਗਾ, ਆਪਾਂ ਮਹੀਨਾ ਪਹਿਲਾਂ ਬੋਲਿਆ ਹੈਗਾ। ਹਾਂ ਪਰ ਜਦੋਂ ਵੀ ਕੋਈ ਵੀ ਚੀਜ਼ ਰੁਕਦੀ ਆ ਲੋਕਾਂ ਨੂੰ ਸਮੱਸਿਆਵਾਂ ਤਾਂ ਆਉਂਦੀਆਂ ਹੈਗੀਆਂ, ਪਰ ਜਿਹੜੇ ਕਾਰਜ ਵਾਸਤੇ ਅਸੀਂ ਰੇਲਾਂ ਰੋਕ ਰਹੇ ਹਾਂ ਲੋਕਾਂ ਵਾਸਤੇ ਆ, ਕੋਈ ਸਾਡੇ ਨਿੱਜੀ ਹਿੱਤ ਨਹੀਂ, ਤਾਂ ਵੱਡੇ ਮੁੱਦੇ ਨੇ। ਜੇ ਦੇਸ਼ ਦੀ ਕਿਸਾਨੀ ਤਬਾਹ ਹੋ ਗਈ, ਜੇ ਦੇਸ਼ ਦਾ ਖੇਤੀ ਸੈਕਟਰ ਤਬਾਹ ਹੋ ਗਿਆ, ਪੰਜਾਬ ਤਬਾਹ ਹੋ ਗਿਆ, ਉਹਦੇ ਨਾਲ ਉਹਦੇ 2 ਘੰਟੇ ਤਕਲੀਫ ਸਹਿ ਕੇ ਅਸੀਂ ਇਹ ਕੰਮ 'ਚ ਕਾਮਯਾਬ ਹੋ ਜਾਈਏ ਅਤੇ ਇਹ ਸਫਲ ਹੋਵਾਂਗੇ ਆਪਾਂ। ਅੱਜ ਦਾ ਕੀ ਮਕਸਦ ਹੈ?